ਸਰਦਾਰ ਅਵਤਾਰ ਸਿੰਘ ਜੀ ਕੋਰ ਜੀ ਵਾਲਾ ਉਹ ਵੀ ਆਪਣੇ ਵਿਚਾਰ ਸੰਗਤਾਂ ਪ੍ਰਤੀ ਰੱਖਣ। ਮੈਂ ਬੇਨਤੀ ਕਰਦਾ ਸਟੇਟ ਜਿਹੜੀ ਕਿਸਾਨਾਂ ਦੀ ਸਟੇਟ ਹੈ, ਸਾਂਝੀ ਵਾਰਤਾ ਦਾ ਸੁਨੇਹਾ, ਕਿਸੇ ਧਰਮ ਤੇ ਟਿੱਪਣੀ ਨਹੀਂ, ਕਿੰਤੂ ਪ੍ਰਿੰਤੂ ਨਹੀਂ, ਕਿਸੇ ਲੜਾਈ ਝਗੜੇ ਦੀ ਗੱਲ ਨਹੀਂ। ਜਿਹਨੇ ਪਿਆਰ ਦਾ ਸੁਨੇਹਾ, ਜਿਹਨੇ ਚੜ੍ਹਦੀ ਕਲੇ ਦਾ ਸੁਨੇਹਾ ਦੇਣਾ ਹੋਵੇ, ਜੇ ਕੋਈ ਪੰਡਾਲ 'ਚ ਵੀ ਬੈਠਾ ਕਿਸਾਨ ਸਾਡੇ ਬਜ਼ੁਰਗ, ਉਹ ਆਣ ਕੇ ਇੱਥੇ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਜੇ। ਵੱਖ ਵੱਖ ਜਥੇਬੰਦੀਆਂ ਤੋਂ ਇਸ ਕਾਨੂੰਨਾਂ ਖਿਲਾਫ ਲੜਨ ਲਈ ਆਏ ਹੋਏ ਕਿਸਾਨ ਭਰਾਵੋ ਭੈਣੋ, ਤੁਹਾਨੂੰ ਪਤਾ ਹੈ ਕਿ ਅੱਜ 100 ਦਿਨ ਪੂਰੇ ਹੋ ਚੁੱਕੇ ਨੇ ਆਪਾਂ ਨੂੰ ਦਿੱਲੀ ਦੇ ਵਿੱਚ ਪਹੁੰਚਿਆਂ ਨੂੰ। ਇਸ ਸੰਘਰਸ਼ ਦੇ ਵਿੱਚ ਕਿਵੇਂ ਇਹ ਸ਼ੁਰੂ ਹੋਇਆ, ਕਿੰਨਾ ਇਹਦਾ ਗ੍ਰਾਫ ਕਦੇ ਉੱਪਰ ਅਤੇ ਕਦੇ ਥੱਲੇ ਗਿਆ, ਸਰਕਾਰ ਵੱਲੋਂ ਕਿੰਨਾ ਜ਼ੋਰ ਲਾਇਆ ਗਿਆ, ਆਪਾਂ ਵੇਖਿਆ ਕਿ ਜਦੋਂ ਇਹ ਕਾਨੂੰਨ ਲਾਗੂ ਕਰਨੇ ਸਨ ਤਾਂ ਉਦੋਂ ਇਹਨਾਂ ਨੂੰ ਕਰੋਨਾ ਚੇਤਾ ਆਇਆ। ਸਭ ਤੋਂ ਪਹਿਲੀ ਚਾਲ ਉਹ ਸਰਕਾਰ ਦੀ ਉਹ ਸੀਗੀ ਕਿ ਕਰੋਨਾ ਦਾ ਬਹਾਨਾ ਲਾ ਕੇ ਡਾਂਗਾਂ ਨਾਲ ਕੁੱਟ ਕੁੱਟ ਕੇ ਲੋਕਾਂ ਨੂੰ ਗਲੀਆਂ ਦੇ ਵਿੱਚੋਂ, ਸ਼ਹਿਰਾਂ ਦਾ ਤਾਂ ਦੂਰ ਦੀ ਗੱਲ ਸੀ, ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਅਤੇ ਮੂੰਹਾਂ 'ਤੇ ਕੱਪੜੇ ਬਣਾ ਤੇ। ਉਦੋਂ ਮੋਦੀ ਸਰਕਾਰ ਨੇ ਦੇਖਿਆ ਵੀ ਹੁਣ ਸਭ ਤੋਂ ਵਧੀਆ ਵੇਲਾ ਏ, ਕਿਸਾਨਾਂ ਨੂੰ ਇਹਨਾਂ ਦੇ ਮੌਤ ਦੇ ਜਿਹੜੇ ਵਾਰੰਟ ਨੇ ਉਹਨਾਂ 'ਤੇ ਦਸਖਤ ਕਰ ਦਿਉ ਅਤੇ ਇਹਨੂੰ ਕਾਨੂੰਨ ਬਣਾ ਦਿਉ। ਉਹ ਕਾਨੂੰਨ ਕੀ ਨੇ ਉਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਹੁਣ ਕੋਈ ਉਹਦੇ ਬਾਰੇ ਦੱਸਣ ਦੀ ਲੋੜ ਨਹੀਂ। ਕਾਨੂੰਨ ਤੁਹਾਡੀਆਂ ਜ਼ਮੀਨਾਂ ਖੋਣੀਆਂ ਸੀ ਕਿਸੇ ਤਰੀਕੇ, ਮੰਡੀ ਦਾ ਕਾਨੂੰਨ ਰੱਦ ਕਰਕੇ ਅਤੇ ਉਹਨਾਂ ਨੂੰ ਕੋਆਪਰੇਟ ਘਰਾਣਿਆਂ ਨੂੰ ਦੇਣਾ ਸੀ, ਅਤੇ ਇਹ ਤੋਂ ਬਾਅਦ ਠੇਕਾ ਖੇਤੀ ਜਿਹੜਾ ਜ਼ਬਰਦਸਤੀ ਤੁਹਾਡੇ ਜ਼ਮੀਨਾਂ ਦੇ ਉੱਪਰ ਵੱਡੇ ਵੱਡੇ ਟਰੈਕਟਰ ਲਿਆ ਕੇ ਕਹਿੰਦੇ ਖੇਤੀ ਕਰਾਂਗੇ, ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਟਰੈਕਟਰ ਵੱਡੇ ਹੋਣਗੇ ਸਾਡੇ, ਮਸ਼ੀਨਾਂ ਸਾਡੀਆਂ, ਮਸ਼ੀਨਰੀ ਵੱਡੀ ਸਾਡੀ ਹੋਏਗੀ, ਤੁਸੀਂ ਕੌਣ ਹੋਵੋਗੇ? ਤੁਸੀਂ ਉੱਥੇ ਮਜ਼ਦੂਰ ਹੋਵੋਗੇ, ਡੱਬਾ ਲੈ ਕੇ ਜੇ ਕੰਮ ਕਰਨਾ ਤਾਂ ਕਰ ਲਿਓ, ਨਹੀਂ ਤਾਂ ਕਿਤੇ ਹੋਰ ਚੱਲਦੇ ਬਣਿਓ। ਸੋ ਇਹੋ ਜਿਹੇ ਡਰਾਉਣੇ ਕਾਨੂੰਨ ਜਦੋਂ ਸਾਡੇ ਆਗੂਆਂ ਨੇ ਟੈਲੀਫੋਨਾਂ 'ਤੇ ਗੱਲ ਕੀਤੀ, ਕਿਉਂਕਿ ਉਦੋਂ ਮਿਲਣ ਦੀ ਤਾਂ ਆਜ਼ਾਦੀ ਨਹੀਂ ਸੀ ਕਿਸੇ ਨੂੰ ਇੱਕ ਦੂਸਰੇ ਦੀ, ਮਿਲ ਕੇ ਉਹਦੇ 'ਤੇ ਵਿਚਾਰਾਂ ਕੀਤੀਆਂ, ਵੀਡੀਓ ਕਾਨਫਰੰਸਾਂ ਕੀਤੀਆਂ, ਫਿਰ ਜ਼ੂਮ ਮੀਟਿੰਗਾਂ ਕਰਕੇ ਅਤੇ ਉਹਨਾਂ ਨੇ ਇਹਨੂੰ ਮਤਲਬ ਇਹ ਲੜਾਈ ਨੂੰ ਸ਼ੁਰੂ ਕੀਤਾ। ਟਰੈਕਟਰ ਮਾਰਚ ਹੋਏ, ਫਿਰ ਰੇਲਾਂ ਉਹ ਰੋਕੀਆਂ ਗਈਆਂ, ਇੱਕ ਦਿਨ ਵਾਸਤੇ ਪੰਜਾਬ ਬੰਦ, ਉਸ ਤੋਂ ਬਾਅਦ ਦੇਸ਼ ਵਿਆਪੀ, ਇਹ ਸਾਰਾ ਆਪਣੇ ਹੱਕ 'ਚ ਹੈ। ਤਾਂ ਫਿਰ ਅਖੀਰਲਾ ਹੁੰਦਾ ਹੈ ਜਿਹੜਾ ਸੰਘਰਸ਼, ਉਹ ਦਿੱਲੀ ਵੱਲ ਨੂੰ ਕੂਚ ਕਰਨਾ ਸੀ, ਪਾਰਲੀਮੈਂਟ ਵੱਲ ਨੂੰ, ਉੱਥੇ ਤੁਸੀਂ ਪਹੁੰਚ ਗਏ। ਸੋ ਇਹ ਉਤਰਾਅ ਚੜ੍ਹਾਅ ਆਏ, ਇਹਦੇ 'ਤੇ ਲੰਮੀ ਆਪਾਂ ਗੱਲਬਾਤ ਕਰਾਂਗੇ। ਇੱਕ ਮੈਂ ਤੁਹਾਨੂੰ ਬੇਨਤੀ ਕਰਦਾ, ਬਲਜਿੰਦਰ ਸਿੰਘ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਕੋਈ ਵੀ ਭੈਣ, ਕੋਈ ਵੀ ਭਰਾ, ਕੋਈ ਵੀ ਬਜ਼ੁਰਗ ਜੇ ਕਿਸੇ ਨੇ ਆਪਣੇ ਵਿਚਾਰ ਰੱਖਣੇ ਨੇ ਤਾਂ ਉਹ ਸਟੇਜ 'ਤੇ ਆ ਸਕਦਾ ਹੈ, ਕਿਉਂਕਿ ਅੱਜ ਤੁਹਾਨੂੰ ਪਤਾ ਹੈ ਕਿ ਅੱਜ ਆਪਾਂ KMP ਰੋਡ ਹੈ ਜਿਹੜਾ ਕਈ ਥਾਵਾਂ ਤੋਂ ਰੋਕਿਆ ਹੋਇਆ, ਆਪਣਾ ਵੱਡੀ ਗਿਣਤੀ 'ਤੇ ਕਿਸਾਨ ਅੱਜ ਧੁੱਪ ਦੇ ਛਾਏ ਤੋਂ ਬਿਨਾਂ ਧੁੱਪ ਦੇ ਵਿੱਚ ਤੱਤੀਆਂ ਸੜਕਾਂ 'ਤੇ ਬੈਠੇ ਨੇ। ਸੋ ਫਿਰ ਬੇਨਤੀ ਹੈ ਕਿ ਜੇ ਕੋਈ ਕਿਸੇ ਨੇ ਬੁਲਾਰੇ ਨੇ ਬੋਲਣਾ ਤਾਂ ਉਹ ਆ ਕੇ ਸਟੇਜ 'ਤੇ, ਕੋਈ ਭੈਣ, ਕੋਈ ਵੀ ਜਿਹਨੇ ਆਪਣੇ ਵਿਚਾਰ ਰੱਖਣੇ ਨੇ ਉਹ ਰੱਖ ਸਕਦਾ ਹੈ। ਸੋ ਆਪਾਂ ਆਉਂਦੇ ਹਾਂ ਉੱਥੇ ਹੀ, ਸਰਕਾਰ ਨੇ ਸਭ ਤੋਂ ਪਹਿਲਾਂ ਜਦੋਂ ਆਪਾਂ ਰੇਲਾਂ ਰੋਕੀਆਂ, ਦੇਖਿਆ ਵੀ ਚਲੋ 2 ਹਫ਼ਤੇ, 3 ਹਫ਼ਤੇ ਜਾਂ 4 ਹਫ਼ਤੇ ਬਾਅਦ ਨਹੀਂ ਗੱਲ ਬਣੀ, ਤਾਂ ਆਪਾਂ ਸੋਚਿਆ ਵੀ ਰੇਲਾਂ ਦੇ ਨਾਲ ਹੁਣ ਆਪਣੇ ਡਾਏ ਦੀ ਪ੍ਰੋਬਲਮ ਆ ਸਕਦੀ ਹੈ, ਆਪਣਾ ਯੂਰੀਆ ਆਉਣਾ ਜਿਹੜਾ ਸਾਰਾ ਹੀ ਬਾਹਰੋਂ ਆਉਣਾ, ਟ੍ਰੇਨਾਂ ਰਾਹੀਂ ਆਉਣਾ, ਤਾਂ ਇਹ ਫੈਸਲਾ ਹੋਇਆ ਵੀ ਅਸੀਂ ਮਾਲ ਗੱਡੀਆਂ ਛੱਡ ਦਿੰਦੇ ਹਾਂ, ਤਾਂ ਸਰਕਾਰ ਜਾਂ ਰੇਲਾਂ ਰੋਕਣੀਆਂ ਜਿਹੜੀਆਂ ਛੱਡ ਦਿੰਦੇ ਹਾਂ। ਤਾਂ ਸਰਕਾਰ ਨੇ ਕਿਹਾ ਵੀ ਅਸੀਂ ਮਾਲ ਗੱਡੀਆਂ ਨਹੀਂ, ਅਸੀਂ ਤਾਂ ਸਾਰੀਆਂ ਗੱਡੀਆਂ ਜੇ ਕਹੋ ਤਾਂ ਛੱਡ ਦਿੰਦੇ ਹਾਂ। ਅਸੀਂ ਇਹ ਵੀ ਫੈਸਲਾ ਕਰਕੇ ਰੇਲ ਗੱਡੀ ਲਾਈਨਾਂ ਤੋਂ ਉੱਠ ਖੜ੍ਹੇ ਅਤੇ ਆਪਣੇ ਅੱਡ ਜਾ ਕੇ ਸਟੇਸ਼ਨਾਂ 'ਤੇ ਬੈਠ ਗਏ, ਰੇਲਵੇ ਟਰੈਕ ਮਤਲਬ ਲਾਈਨਾਂ ਵਿਹਲੀਆਂ ਕਰਤੀਆਂ, ਟਰੈਕਾਂ ਤੋਂ ਪਰਾਂ ਹੋ ਕੇ ਦੂਰ ਬੈਠ ਗਏ। ਤਾਂ ਸਰਕਾਰ ਨੇ ਫਿਰ ਨਹੀਂ ਟ੍ਰੇਨਾਂ ਚਲਾਈਆਂ। ਸੋ ਇਹ ਚਾਲਾਂ ਤੋਂ ਬਾਅਦ ਵਾਧਾ ਫਿਰ ਕਿਵੇਂ ਉਹਨਾਂ ਨੇ, ਆਪਾਂ ਦੇਖਿਆ ਹੀ ਹੈ ਕਿ ਕਿਵੇਂ ਅੰਦੋਲਨ ਆਪਣੇ ਜਿਹੜੇ ਬੈਠੇ ਸੀਗੇ ਜਥੇ ਮੋਰਚੇ, ਉਹਨਾਂ ਦੇ ਵਿਰੁੱਧ ਉਹ ਤਾਰਾਂ ਕੰਡੈਲੀਆਂ ਲਾਉਣੀਆਂ, ਉਹਨਾਂ ਦਾ ਪਾਣੀ ਬੰਦ ਕਰਨਾ, ਉਹਨਾਂ ਦੀ ਬਿਜਲੀ ਕੱਟ ਦੇਣਾ, ਕਿੱਲ ਗੱਡਣੇ ਸੜਕਾਂ ਦੇ ਉੱਪਰ,
ਇੱਥੋਂ ਤੱਕ ਕਿ ਜਲੀਲ ਕਰਨਾ ਅਤੇ ਪ੍ਰਧਾਨ ਮੰਤਰੀ ਜਿਹੜਾ ਦੇਸ਼ ਦਾ ਉਹਦੇ ਵੱਲੋਂ ਇਹ ਕਹਿਣਾ ਕਿ ਇਹ ਪਰਜੀਵੀ ਨੇ ਮਤਲਬ ਅੰਦੋਲਨ 'ਤੇ ਜਿਉਣ ਵਾਲੇ ਜੀਵ ਇਹ ਮਤਲਬ ਅੰਦੋਲਨ ਜੀਵੀ ਨੇ ਸੋ ਇਹੋ ਜਿਹੇ ਸ਼ਬਦ ਪ੍ਰਧਾਨ ਮੰਤਰੀ ਵਰਗੇ ਨੂੰ ਬੋਲਣਾ ਮੋਦੀ ਵਰਗੇ ਨੂੰ ਉਹਦੇ ਅਹੁਦੇ ਦੀ ਉਹ ਆਪ ਹੀ ਬੇਇੱਜ਼ਤੀ ਕਰ ਰਿਹਾ ਸੀਗਾ ਜਿੱਡੇ ਵੱਡੇ ਅਹੁਦੇ 'ਤੇ ਉਹ ਬੈਠਾ ਕਿਸਾਨਾਂ ਪ੍ਰਤੀ ਕਿਸਾਨਾਂ ਦੀ ਗਿਣਤੀ ਕਿੰਨੀ ਆ ਉਹਨੂੰ ਪਤਾ ਨਹੀਂ 50% ਲੋਕ ਖੇਤੀ 'ਤੇ ਨਿਰਭਰ ਨੇ ਦੇਸ਼ ਦੇ 70% ਲੋਕ ਪਿੰਡਾਂ ਦੇ ਵਿੱਚ ਖੇਤੀ ਵਾਲਿਆਂ ਦੇ ਨਾਲ ਜ਼ਿੰਦਗੀ ਬਤੀਤ ਕਰਦੇ ਨੇ ਚਾਹੇ ਉਹ ਮਜ਼ਦੂਰਾਂ ਦੇ ਰੂਪ 'ਚ ਨੇ ਚਾਹੇ ਉਹ ਛੋਟੇ ਠੇਕੇ 'ਤੇ ਜ਼ਮੀਨਾਂ ਲੈ ਕੇ ਉਹਨਾਂ ਦੇ ਨਾਲ 70% ਲੋਕ ਉਹ ਨੇ ਅਤੇ ਜਿਹੜੇ 30% ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਵਿੱਚੋਂ ਵੀ ਉਹਨਾਂ ਦਾ ਵੀ ਪਿਛੋਕੜ ਹਲੇ ਥੋੜ੍ਹੇ ਸਾਲ ਹੀ ਹੋਏ ਨੇ ਉਹਨਾਂ ਨੂੰ 15% ਲੋਕ ਹਲੇ ਵੀ ਉਹ ਸ਼ਹਿਰਾਂ 'ਚ ਜਿਹੜੇ ਬੈਠੇ ਨੇ ਉਹ ਵੀ ਇਹਨਾਂ ਕਿਸਾਨਾਂ ਦੇ ਵਿੱਚੋਂ ਅਤੇ ਇਹਨਾਂ ਪੇਂਡੂ ਇਲਾਕਿਆਂ ਦੇ ਵਿੱਚੋਂ ਆਉਂਦੇ ਨੇ ਸੋ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਲੋਕ ਜਿਵੇਂ ਆਪਾਂ ਨੂੰ ਆਪਣੀ ਮਦਦ ਲਈ ਪਹੁੰਚੇ ਨੇ ਇਹ ਜਿਹੜਾ ਸੰਘਰਸ਼ ਹੈ ਇਹ ਸੰਘਰਸ਼ ਦੇ ਚੰਗੇ ਵਧੀਆ ਮਤਲਬ ਇਹਦੇ ਮਾਹੌਲ ਦੀ ਵੀ ਚੰਗੀ ਤਰ੍ਹਾਂ ਇਹ ਨਿਬੜੇਗਾ ਇਹ ਆਪਾਂ ਆਸ ਕਰਦੇ ਹਾਂ ਅਤੇ ਇਹ ਹੈ ਵੀ ਹੈ ਹੋਣਾ ਵੀ ਇਸ ਤਰ੍ਹਾਂ ਹੀ ਹੈ ਭਾਵੇਂ ਵੱਖ ਆਪਾਂ ਵੇਖਿਆ ਹੀ ਹੈ ਕਿ ਪਲਵਰ ਗਾਜ਼ੀਪੁਰ ਜਾਂ ਇੱਥੇ ਸਿੰਘੂ ਬਾਰਡਰ 'ਤੇ ਵੀ ਆਪਣੇ ਪਿਛਲੇ ਬੰਨੇ RSS ਦੇ ਗੁੰਡਿਆਂ ਵੱਲੋਂ BJP ਦੇ ਲੋਕਾਂ ਵੱਲੋਂ ਇੱਥੇ ਪੱਥਰਬਾਜ਼ੀ ਕਰਨਾ ਉਹਨਾਂ ਦੇ ਉੱਪਰ ਹਮਲੇ ਕਰਨਾ ਤੰਬੂਆਂ ਨੂੰ ਅੱਗਾਂ ਲਾਉਣ ਤੱਕ ਮਤਲਬ ਭੰਨ ਤੋੜ ਕਰਨਾ ਬੀਬੀਆਂ ਨੂੰ ਰੋੜੇ ਮਾਰਨਾ ਸੋ ਇਹੋ ਜਿਹੀਆਂ ਕਰਤੂਤਾਂ ਸਰਕਾਰ ਨੇ ਕਰਕੇ ਵੇਖ ਲਈਆਂ ਹੋਰ ਵੀ ਕਿੰਨੀਆਂ ਚਾਲਾਂ ਚੱਲੀਆਂ ਗਈਆਂ ਨੇ ਇੱਥੇ ਤੁਹਾਨੂੰ ਜਿਵੇਂ ਮੈਂ ਪਹਿਲਾਂ ਦੱਸ ਕੇ ਪਾਣੀ ਬੰਦ ਕਰੋ ਸਾਰਾ ਕੁਛ ਕਰੋ ਬਿਜਲੀ ਕੱਟੋ ਹਲੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਇਹਨਾਂ ਨੇ ਚਾਲਾਂ ਚੱਲਣੀਆਂ ਨੇ ਪਰ ਧੰਨ ਹੈ ਉਹ ਲੋਕ ਉਹ ਸਿਰੜੀ ਲੋਕ ਜਿਨ੍ਹਾਂ ਨੇ ਇੱਥੇ ਬੈਠ ਕੇ ਵੱਡੇ ਵੱਡੇ ਦਿਨ ਮਨਾਏ ਦਮਨਕਾਰੀ ਦਿਵਸ ਇੱਥੇ ਮਨਾਇਆ ਗਿਆ ਪਗੜੀ ਸਮਾਲ ਜੱਟਾ ਇੱਥੇ ਮਨਾਇਆ ਗਿਆ ਛੋਟੂ ਰਾਮ ਸਰ ਛੋਟੂ ਰਾਮ ਦਾ ਜਨਮ ਇੱਥੇ ਜਨਮ ਸ਼ਤਾਬਦੀ ਇੱਥੇ ਮਨਾਈ ਗਈ ਸੋ ਇੱਥੇ ਵੱਡੇ ਵੱਡੇ ਕਾਰਜ ਇੱਥੇ ਕਰਕੇ ਅਤੇ ਅੱਜ KMP ਵਰਗੇ ਵੱਡੇ ਜਿਹੜੇ ਰੋਡ ਨੇ ਉਹਨਾਂ ਨੂੰ ਰੋਕਿਆ ਗਿਆ ਏ ਚਾਹੇ ਉਹ 5 ਘੰਟੇ ਵਾਸਤੇ ਰੋਕਿਆ ਏ ਪਰ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਰੇਲ ਗੱਡੀਆਂ ਦਾ ਰੋਕਣ ਦਾ ਇੱਥੋਂ ਇਸੇ ਸਟੇਜ ਤੋਂ ਸੱਦਾ ਦਿੱਤਾ ਗਿਆ 4-4 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਗਿਆ ਸੋ ਇਹ ਸੰਘਰਸ਼ ਦੀ ਜਿਹੜੀ ਰੂਪਰੇਖਾ ਏ ਇਹ ਕਾਮਯਾਬੀ ਦੀਆਂ ਇੱਕ ਨਿਸ਼ਾਨੀਆਂ ਨੇ ਕਈ ਲੋਕ ਘਬਰਾ ਜਾਂਦੇ ਨੇ ਕਿ 26 ਤੋਂ ਬਾਅਦ ਸੰਘਰਸ਼ ਹੈ ਜਿਹੜਾ ਡਾਵਾਂਡੋਲ ਹੋਇਆ ਜਾਂ ਇੱਥੇ ਗਿਣਤੀ ਘਟੀ ਹੈ ਇਹ ਅਫਵਾਹਾਂ ਨੇ ਕੋਈ ਗਿਣਤੀ ਨਹੀਂ ਘਟੀ 26 ਵਾਲੇ ਦਿਨ ਲੋਕ ਆਪ ਮੁਹਾਰੇ ਆਏ ਸੀਗੇ ਆਵਾਜ਼ ਦਿੱਤੀ ਸੀ ਡੇਰਿਆਂ ਦੇ ਵਿੱਚ ਵੀ ਜਿਹੜੇ ਇਕੱਲੇ ਘਰ ਵਾਲੇ ਸੀਗੇ ਉਹ ਵੀ ਆਪਣੇ ਬਾਪੂ ਨੂੰ ਕਹਿ ਕੇ ਤੁਰ ਪਏ ਟਰੈਕਟਰ ਲੈ ਕੇ ਵੀ ਮੈਂ ਚੱਲਿਆ ਟਰੈਕਟਰ ਲੈ ਕੇ ਮੈਂ ਪਰੇਡ 'ਚ ਹਿੱਸਾ ਲੈਣਾ ਵੱਡੀ ਗਿਣਤੀ 'ਚ ਲੋਕ ਉਰੇ ਪਹੁੰਚੇ ਸੀਗੇ ਉਹਨਾਂ ਨੇ ਤਾਂ ਭਰਾਵੋ ਵਾਪਸ ਜਾਣਾ ਹੀ ਸੀਗਾ ਸਰਕਾਰ ਨੂੰ ਪੂਰੀਆਂ ਚਾਲਾਂ ਸਰਕਾਰ ਨੇ ਚੱਲੀਆਂ 11 ਵਾਰੀ ਉਹਨਾਂ ਨਾਲ ਗੱਲਾਂ ਹੋਈਆਂ ਮੀਟਿੰਗਾਂ ਹੋਈਆਂ 1 ਵਾਰ ਸਰਕਾਰ ਗੰਭੀਰ ਨਹੀਂ ਹੋਈ ਉਹਨਾਂ ਨੂੰ ਹਰਾਇਆ ਗਿਆ ਟੇਬਲ ਟਾਕ 'ਤੇ ਉਹਨਾਂ ਨੇ ਸਭ ਦੱਸਿਆ ਗਿਆ ਉਹਨਾਂ ਨੂੰ ਵੀ ਇਹ ਜਿਹੜੇ ਤੁਸੀਂ ਕਾਨੂੰਨ ਕਹਿੰਦੇ ਹੋ ਵੀ ਇਹਨਾਂ 'ਚ ਕੋਈ ਮਾੜਾ ਨਹੀਂ ਹੈ ਤੁਸੀਂ ਆਪ ਵਿੱਚ ਮੰਨਿਆ ਵੀ ਹੈ ਸਾਡੇ ਆਗੂਆਂ ਕੋਲ ਵੀ ਹਾਂ ਇਹਨਾਂ 'ਚ ਸੋਧਾਂ ਦੀ ਜ਼ਰੂਰਤ ਹੈ ਇੱਕ ਬੰਨੇ ਮੰਨਦੇ ਨੇ ਵੀ ਸੋਧਾਂ ਦੀ ਜ਼ਰੂਰਤ ਹੈ ਇੱਕ ਬੰਨੇ ਫਿਰ ਦੂਸਰਾ ਵੀ ਸੋਧਾਂ ਦੀ ਜ਼ਰੂਰਤ ਹੈ ਅਤੇ ਇਹਨੂੰ ਹੋਰ ਕਰ ਦਿੰਦੇ ਹਾਂ ਜੋ ਕਹਿੰਦੇ ਉਹ ਮੰਨ ਲੈਂਦੇ ਹਾਂ ਇੱਕ ਖਾਲੀ ਡੱਬਾ ਹੀ ਰਹਿਣ ਦਿਓ ਸਾਡੇ ਵਾਸਤੇ ਉਹ ਖਾਲੀ ਡੱਬਾ ਹੁਣ ਉਹਨਾਂ ਦੀ ਮੌਤ ਦਾ ਜਿਹੜਾ ਸਵਾਲ ਬਣਿਆ ਖੜ੍ਹਾ ਏ ਕਿਉਂਕਿ ਜੇ ਪੂਰਾ ਹੀ ਉਹ ਖਾਲੀ ਡੱਬਾ ਵੀ ਆਪਾਂ ਪਾੜ ਕੇ ਸੁੱਟ ਆਉਂਦੇ ਹਾਂ ਉੱਥੇ ਤਾਂ ਇਹਦਾ ਮਤਲਬ ਹੈ ਕਿ BJP ਦਾ ਪੂਰੇ ਦੇਸ਼ ਦੇ ਵਿੱਚੋਂ ਪੱਤਾ ਸਾਫ਼ ਹੋ ਜਾਏਗਾ BJP ਮਰ ਜਾਏਗੀ ਉਹਦੀ ਮੌਤ ਹੋ ਜਾਏਗੀ BJP ਦੀ ਸੋ ਇਸ ਕਰਕੇ ਉਹ ਖਾਲੀ ਡੱਬੇ 'ਤੇ ਅੜੇ ਹੋਏ ਨੇ ਬੇਸ਼ਰਮ ਨੇ ਅਤੇ ਦੂਸਰੇ ਬੰਨੇ ਜਿਹੜੇ ਵੱਡੇ ਘਰਾਣੇ ਨੇ ਅੰਡਾਨੀ ਅੰਬਾਨੀ ਜਿਨ੍ਹਾਂ ਦਾ ਕਰੋੜਾਂ ਰੁਪਇਆਂ ਦੀ ਜਿਨ੍ਹਾਂ ਦੀ ਮਿੰਟਾਂ ਸਕਿੰਟਾਂ ਦੀ ਕਮਾਈ ਹੈ 90-90 ਕਰੋੜ ਰੁਪਈਆ ਉਹਨਾਂ ਨੂੰ ਘੰਟਿਆਂ ਦਾ ਬਣਦਾ ਏ ਤਾਂ 24 ਘੰਟਿਆਂ ਦੇ ਵਿੱਚ 5-5-6-6 ਕਰੋੜ ਰੁਪਈਆ ਉਹਨਾਂ ਨੂੰ ਕਮਾਈ ਹੈ ਐਡਾ ਵੱਡਾ ਪਹਾੜਾ ਸਾਡੀ ਗਰੀਬੀ ਦੇ ਵਿੱਚ ਸਾਡੇ ਮਜ਼ਦੂਰਾਂ ਦੇ ਵਿੱਚ ਸਾਡੀ ਕਿਸਾਨੀ ਦੀ ਹਾਲਤ ਕੀ ਹੈ ਜੇ ਉਹਨਾਂ ਦਾ ਉਹ ਵੱਡੇ ਜਿਹੜੇ ਲੋਕ ਨੇ ਉਹਨਾਂ ਨੇ ਇਹਨਾਂ ਦੀ ਬਾਂਹ ਮਰੋੜੀ ਹੋਈ ਹੈ ਬਾਂਹ ਮਰੋੜ ਮਰੋੜ ਕੇ ਉਹਨਾਂ ਨੂੰ ਕਹਿੰਦੇ ਨੇ ਵੀ ਆਹ ਹੁਣ ਸਾਨੂੰ ਰੇਲਵੇ ਖਰੀਦਣੀ ਹੈ ਅਤੇ ਰੇਲਵੇ ਦੇ ਜਿੰਨੇ ਸਟੇਸ਼ਨ ਨੇ ਇਹਨਾਂ 'ਤੇ ਸਾਫ਼ ਸਫਾਈ ਜਿਹੜੀਆਂ ਮੰਡੀਆਂ ਨੇ ਉਹਨਾਂ ਦਾ ਸਾਰਾ ਕੁਛ ਅਸੀਂ ਮਤਲਬ ਸਾਨੂੰ ਸਾਫ਼ ਕਰਕੇ ਦਿਓ ਮੇਰੀ ਇੱਕ ਗੱਲ ਹੋਈ ਮੈਂ ਪਿਛਲੇ ਦਿਨ ਹੀ ਗਿਆ ਗੰਗਾਨਗਰ ਵੱਲ ਗਏ ਸੀਗੇ ਅਸੀਂ 4 ਰੈਲੀਆਂ ਸਨ ਉੱਥੇ
17 तरीक तो लैके 21-22 तरीक तक उधर रहे सीगे असीं। डॉक्टर साहब होनी भी नाल सन, डल्लेवाल साहब भी उत्थे सन, क्योंकि आ जिहड़ी शहीद की पिछे फोटो है नवरीत की, 21 तरीक नूं इहदा उत्थे गंगानगर दे विच 7-22 दे विच इहदा भोग सी, उत्थे भी मैं अपनी जथेबंदी वल्लों बोल के भी आए सीगे। तो उत्थे स्टेशन ते जदों गल होई उहदे स्टेशन मास्टर नाल, मैं कहा भी ये सारे स्टेशनां ते इकट्ठा ही सफाई दा ते इहनां नूं कलियां हो रहियां ने, ये की काम हो रहा है? कहिंदा जी ये मोदी साहब की साफ सफाई महिम। मैं भी मोदी साहब कहिंदा भी सफाई रखो। मैं कहा मोदी साहब नहीं, ये जिन्हां नूं ये रेलवे विभाग वेचना उन्होंने तुहाडी बांह मरोड़ के हुण पिछे नूं लाई होई है धौण नूं। वह कहिंदे ने भी सानूं ये रेलवे असीं खरीदना है ते साडी इत्थे मतलब साडी है ते इहनूं हुण साफ सफाई करके भी इहनूं रेलां नूं साफ करके वधिया इहदियां सीटां साटां साफ करके वधिया रंग करके सानूं दिओ, ये उहदा नतीजा है। ਤਾਂ ਉਹਨੂੰ ਦੱਬੀ ਜ਼ਬਾਨ ਦੇ ਵਿੱਚ ਉਹਨੂੰ ਮੰਨਣਾ ਪਿਆ, ਕਹਿੰਦਾ ਗੱਲ ਤਾਂ ਪ੍ਰਧਾਨ ਜੀ ਠੀਕ ਹੈ ਤੁਹਾਡੀ ਇਹ। ਸੋ ਸੰਘਰਸ਼ ਚੜ੍ਹਦੀ ਕਲਾ ਦੇ ਵਿੱਚ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈ। ਆਪਣੇ ਭਾਵੇਂ ਅਕਾਲ ਪਰਸੋਂ ਰਵੀ ਜੀ ਬੈਠੇ ਸੀਗੇ, ਬੜੇ ਦੁੱਖ ਭਰੇ ਲਹਿਜੇ ਨਾਲ ਇਹਨਾਂ ਨੇ ਦੂਸਰੀ ਜਾਣਕਾਰੀ ਦੇ ਰਹੇ ਸੀਗੇ, ਅਸੀਂ ਕਿਸੇ ਮੀਟਿੰਗ ਦੇ ਵਿੱਚ ਹੀ ਸੀਗੇ, ਕਹਿੰਦੇ ਵੀ 300 ਦਾ ਅੰਕੜਾ ਹੋ ਗਿਆ ਭਾਈ। ਇਸ ਅੰਦੋਲਨ ਦੇ ਵਿੱਚ 300 ਕਿਸਾਨ ਸ਼ਹੀਦ ਹੋ ਚੁੱਕਿਆ। ਇਹਦੇ ਬਾਰੇ ਵੀ ਕਈ ਆਗੂਆਂ ਨੇ ਕਮੈਂਟ ਕੀਤੇ ਨੇ। ਆ BJP ਦੇ ਹੀ ਆਗੂ ਸੀਗਾ ਜਿਹੜਾ ਹਰਿਆਣੇ ਦੇ ਵਿੱਚ ਬੋਲਿਆ, ਕਹਿੰਦੇ 1,00,000 ਬੰਦਿਆਂ ਪਿੱਛੇ 1,00,000 ਲੋਕ ਮਾਰੀ ਜਾਂਦੇ ਨੇ। ਪਰ ਇਹ ਤੁਹਾਨੂੰ ਪਤਾ ਹੀ ਹੈ ਵੀ ਰਮਨੀਤ ਦੇ ਵੀ ਇਹਨਾਂ ਨੇ ਰਮਨੀਤ ਦੀ ਸ਼ਹੀਦੀ ਨੂੰ ਵੀ ਰੋਲਣ ਦੀ ਕੋਸ਼ਿਸ਼ ਕੀਤੀ ਹੈ। ਰਮਨੀਤ ਦੇ ਗੋਲੀ ਵੱਜੀ ਹੈ ਜਿਹੜੇ ਉਹਦੇ ਹੇਠਲੇ ਬੁੱਲ ਤੋਂ ਦੰਦਾਂ ਨੂੰ ਤੋ ਪਾੜਦੀ ਹੋਈ ਅਤੇ ਪਿੱਛੇ ਕੰਨ ਕੋਲੋਂ ਦੀ ਨਿਕਲੀ ਹੈ, ਸਾਰੀਆਂ ਡਾਕਟਰੀ ਰਿਪੋਰਟਾਂ ਦੇ ਵਿੱਚ ਉਹ ਆ ਚੁੱਕੀ ਹੈ। ਉਹਦੇ ਦਾਦੇ ਵੱਲੋਂ ਵੀ ਹਾਈਕੋਰਟ ਦੇ ਵਿੱਚ ਉਹਦੀ ਜਿਹੜੀ ਇਨਸਾਫ ਮੰਗਣ ਵਾਸਤੇ ਉਹਦੀ ਡਾਕਟਰੀ ਰਿਪੋਰਟ ਮੰਗੀ ਗਈ ਹੈ। ਸੋ ਉਹਦੇ ਵਿੱਚ ਵੀ ਹੁਣ ਉਹ ਕਲੀਅਰ ਹੋ ਜਾਏਗਾ ਵੀ ਇਹ ਗੋਲੀਆਂ ਹੀ ਚੱਲੀਆਂ ਸਨ, ਸਾਡੇ ਮੁੰਡਿਆਂ ਨੌਜਵਾਨਾਂ 'ਤੇ ਗੋਲੀਆਂ ਮਾਰੀਆਂ ਗਈਆਂ। ਉਹਨਾਂ ਨੂੰ ਰਾਹ ਖੋਲ੍ਹ ਕੇ ਪਹਿਲਾਂ ਇੱਕ ਸਾਜਿਸ਼ ਦੇ ਤਹਿਤ ਕਿਲ੍ਹੇ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ 'ਤੇ ਦਮਨ ਕਰਨ ਦਾ ਜਿਹੜਾ ਉਹ ਚੱਕਰ ਸੀਗਾ ਸਾਡੇ ਆਗੂਆਂ ਵੱਲੋਂ ਉਹ ਸਿਆਣਪ ਨਾਲ ਜਾ ਕੇ ਫਟਾਫਟ ਰੋਕਿਆ ਅਤੇ ਉਹਦੇ ਰੋਕਣ ਦੇ ਵਿੱਚ ਕਾਮਯਾਬ ਹੋ ਗਏ 2-3 ਵਜੇ ਤੱਕ। ਸੋ ਰਸਤਿਆਂ ਦਾ ਨਾਂ ਪਤਾ ਅਤੇ ਸਰਕਾਰ ਵੱਲੋਂ ਜਿਹੜੇ ਦਿੱਤੇ ਹੋਏ ਰਾਹ, ਜਿਹੜੀਆਂ 5 ਮੀਟਿੰਗਾਂ ਦੇ ਵਿੱਚ ਸਾਨੂੰ ਰਾਹ ਦਿੱਤੇ ਗਏ ਸੀਗੇ, ਉਹ ਰਾਹ ਨੂੰ ਭਟਕਾ ਕੇ ਦੂਸਰੇ ਬੰਨੇ ਦੇ ਦੇਣਾ, ਇਹ ਸਰਕਾਰ ਦੀਆਂ ਚਾਲਾਂ ਨੇ। ਪਰ ਉਹਦਾ ਹੁਣ ਮਤਲਬ ਉਹਦਾ ਕੋਈ ਅਸਰ ਨਹੀਂ ਰਿਹਾ। ਸਰਕਾਰ ਜਿਹੜੀ ਹੈ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ। ਆਪਣੇ ਜਿਹੜੇ ਅੰਦੋਲਨ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਹੈ। ਅੱਜ ਵੀ ਜੇ ਆਪਾਂ ਕਿਤੇ ਵੀ ਦੇਖ ਲਓ, ਅੱਜ ਸਾਰਾ ਦੇਸ਼ ਆਪਣੇ ਨਾਲ ਖੜ੍ਹਾ ਏ। ਹਰਿਆਣੇ ਦੇ ਵਿੱਚ ਮਹਾਂਪੰਚਾਇਤਾਂ ਅਤੇ ਖਾਪ ਪੰਚਾਇਤਾਂ ਨੇ ਆਪਣੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ ਅਤੇ ਆਪਣੇ ਨਾਲ ਹੀ ਹੈ। ਹਰ ਰੋਜ਼ ਆਪਾਂ ਸਟੇਜ ਤੋਂ ਦੇਖਦੇ ਹਾਂ ਕਿ ਸਾਡੇ ਨਾਲ ਕੋਈ ਉੜੀਸਾ ਤੋਂ, ਕੋਈ ਮੱਧ ਪ੍ਰਦੇਸ਼ ਤੋਂ, ਕੋਈ ਮਹਾਰਾਸ਼ਟਰ ਤੋਂ, ਕੋਈ ਵੈਸਟ ਬੰਗਾਲ ਤੋਂ। ਕੱਲ੍ਹ ਇੱਕ ਲੜਕੀ ਆਪਣੇ ਬੋਲ ਕੇ ਗਈ ਹੈ ਅਤੇ ਉਹ ਇੱਥੇ ਹੀ ਹੈ ਹਲੇ। 8 ਮਾਰਚ ਨੂੰ ਆਪਾਂ ਇੱਕ ਵੱਡਾ ਜਿਹੜਾ ਇਸਤਰੀ ਦਿਵਸ ਹੈ, ਜਿਹੜਾ ਵੋਮੈਨ ਡੇ ਹੈ, ਉਹ ਇੱਥੇ ਮਨਾ ਰਹੇ ਹਾਂ। ਸੋ ਇਹ ਸੰਘਰਸ਼ ਨੇ ਜਿਹੜੇ, ਇਹ ਸੰਘਰਸ਼ ਕੋਈ ਐਵੇਂ ਨਹੀਂ ਹੈ। ਜੇ ਆਪਾਂ ਇਹਨਾਂ ਦਾ ਹਿਸਾਬ ਕਿਤਾਬ ਦੇਖੀਏ, 300 ਜਿੱਥੇ ਆਪਣੀਆਂ ਜਾਨਾਂ ਗਈਆਂ ਨੇ, ਚਾਹੇ ਉਹ 2-2 ਭੈਣਾਂ ਦੇ ਇਕੱਲੇ ਭਰਾ ਸੀ, ਚਾਹੇ ਨਵਰੀਤ ਸੀਗਾ ਸਾਡੇ ਪਿੰਡ ਦੇ ਲਾਗੇ ਹੀ, ਸਰਪੰਚ ਲਾਭ ਸਿੰਘ ਸੀਗਾ ਜਿਹਦੀ 50 ਸਾਲ ਉਮਰ ਸੀਗੀ, ਟਰੈਕਟਰ ਨਾਲ ਐਕਸੀਡੈਂਟ ਹੋਇਆ, ਇਸ ਸੰਘਰਸ਼ ਦੇ ਵਿੱਚੋਂ ਜਾ ਰਹੇ ਸੀਗੇ ਉਹ। ਉਹਦੇ ਨਾਲ 23 ਸਾਲਾਂ ਦਾ, 22 ਸਾਲਾਂ ਦਾ ਮੁੰਡਾ ਸੀਗਾ ਗੋਲਡੀ, ਉਹਦੀ ਗੁਰਪ੍ਰੀਤ ਗੋਲਡੀ, ਉਹਦੀ ਵੀ ਮੌਕੇ 'ਤੇ ਡੈਥ ਹੋਈ ਹੈ। ਸੋ ਸੰਘਰਸ਼ ਦੇ ਵਿੱਚ ਜਿੱਥੇ ਆਪਾਂ ਇੰਨਾ ਕੁਛ ਗਵਾਇਆ ਏ, ਉੱਥੇ ਫਾਈਨੈਂਸਲੀ ਵੀ ਜੇ ਹੁਣ ਆਪਾਂ ਦੇਖੀਏ ਕਿ 12-13 ਹਜ਼ਾਰ ਪਿੰਡ ਦੇ ਲਾਗੇ ਆਪਣੇ ਪਿੰਡ ਨੇ, ਜਿਨ੍ਹਾਂ ਦੇ ਵਿੱਚੋਂ ਜੇ ਅੱਧਿਆਂ ਪਿੰਡਾਂ ਦੇ ਵਿੱਚੋਂ ਵੀ, ਮਤਲਬ 2 ਪਿੰਡਾਂ ਦੇ ਵਿੱਚੋਂ ਵੀ ਇੱਕ ਬੱਸ ਆਉਂਦੀ ਹੈ, ਮੇਰੇ ਪਿੰਡੋਂ ਵੀ 8 ਤਰੀਕ ਨੂੰ ਇੱਕ ਬੱਸ ਆਉਣੀ ਹੈ, ਉਹਦਾ ਖਰਚਾ 8-10 ਹਜ਼ਾਰ ਰੁਪਈਆ ਏ। ਜਿਹਨੇ ਉਸੇ ਦਿਨ ਆਉਣਾ ਹੈ ਬੱਸ ਨੇ ਅਤੇ ਉਹ ਵਾਪਸ ਜਾਣਾ ਹੈ। ਇਹਦਾ ਜੇ ਹਿਸਾਬ ਕਿਤਾਬ ਲਾ ਕੇ ਦੇਖੀਏ ਤਾਂ ਇਹਨਾਂ ਕਿਸਾਨਾਂ ਦੇ ਉੱਪਰ 250-300 ਕਰੋੜ ਰੁਪਈਏ ਦਾ ਇੱਕ ਦਿਨ ਦਾ ਉਦਣ ਖਰਚਾ ਪੈਣਾ ਹੈ, ਜੇ ਅੱਧੇ ਪਿੰਡਾਂ 'ਚੋਂ ਵੀ ਆਉਣ। ਅੱਡ ਦੂਸਰਾ ਜਿਹੜੇ ਦੂਸਰੇ ਵਹੀਕਲ ਆਉਣੇ ਨੇ ਉਹ ਅੱਡ ਨੇ। ਸੋ ਇਹ ਸੰਘਰਸ਼ ਦਾ ਜਿਹੜਾ ਇੰਨਾ ਖਰਚਾ, ਇੰਨਾ ਇਹ ਚੱਲ ਰਿਹਾ ਏ, ਇਹ ਤੁਹਾਡੀ ਜਿਹੜੀ ਤੁਹਾਡਾ ਨਿਸ਼ਠਾ ਏ, ਜਿਹੜਾ ਵੀ ਤੁਸੀਂ ਇਹਨੂੰ ਮਤਲਬ ਐਡੀ ਦ੍ਰਿੜਤਾ ਨਾਲ ਇਹ ਫੈਸਲਾ ਕੀਤਾ ਕਿ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਖੋਣ ਦੇਣੀਆਂ, ਇਹ ਨਿਸ਼ਚਾ ਹੀ ਆਪਾਂ ਨੂੰ ਜਿੱਤ ਵੱਲ ਲੈ ਕੇ ਜਾਵੇਗਾ। ਸੋ ਹੋਰ ਕਿੰਨੀਆਂ ਗੱਲਾਂ ਹੋ ਸਕਦੀਆਂ ਨੇ, ਇਹ ਕਾਨੂੰਨਾਂ ਨੂੰ ਆਪਾਂ ਵਾਪਸ ਕਰਾ ਕੇ ਹਟਾਂਗੇ।
अपना इतिहास यह है। आप हुणे ही इत्थे पगड़ी समाल जट्टा मना के हटे हैं, जिहड़ा मतलब पगड़ी समाल भी वह यही तीन कानून सीगे जिहदे विच चाचा जीत सिंह जिहड़े भगत सिंह दे चाचा जी सन उन्हां वल्लों यह तीन कानून सन, जिहड़े तीन कानून जिहड़े रावी चना ते जिहड़े तीन दरियावां दे विच बहुत वड्डी जमीन सीगी, कई सौ हज़ारां एकड़ जमीन सीगी, वह जिहनूं पद्धरी करन वास्ते अंग्रेज़ां ने अंग्रेज़ सरकार ने कहता सीगा वी इहनूं तुहाडे विच तुहानूं पट्टियां ते दे दांगे, कच्चे पट्टे देते ते उन्होंने जो पद्धरी करके सारा कुछ कर लिया तो एको दम ही तीन कानून लियांदे, मामला वधाता, पानी जिहड़ा उन्होंने देंदे सीगे उहदी कि उहदा भी मामले की भी कीमत वधाती, तो जिहड़ा उन्होंने पट्टियां दा सीगा पट्टे भी बहुत ज़्यादा वधाते, तो जिहड़े कच्चे पट्टे सीगे जिहड़े उन्होंने नाम मतलब कहिंदे सीगे वी तुहाडे वड्डे मुंडे दे नां ही जां किसे होर दे इक जी दे नां ही जमीन हो सकती है, नहीं जे उह तुहाडे जी की किस तरीके वो मौत हो जाती है तो वह पटा कैंसल होकर वह सरकार की बन जाएगी। ये तिना कानूनों के खिलाफ चाचा जीत सिंह ने वो जी मुहिम चलाई सी पगड़ी संभाल जट्टा, अज सवाल अपने भी पगड़ी का ही है, सो उहदे वास्ते कोई इन्ना सौखा नहीं हुंदा। अज दे आगूआं ते भी अज जिवें वड्डे वड्डे UAPA लगे हुए ने, मैं देखदा भी कई कई दिनों तो साढ़े लोग जड़े ने वो पक्के ही आ पिछे बैठे ने, अमरीक सिंह जी हुणी कादियां तो ने एक दिन भी नहीं करे गए, इत्थे ही बैठते ने डेली ड्यूटियां देंदे ने। हरजीत सिंह जी, रवि जी, किसान संघर्ष कमेटी वाले ये लगातार ही इत्थे रातां नूं दिने मैं देखा भी रात नूं भी अपना बैग पा के ते हर रोज़ लोगों नूं मिलदे ने, चाहे कोई आम ट्राली वाला भी इन्हां नूं देखे भी हाँ उन्हां नाल भी गलबात करके उन्हां नूं पता पुछदे ने भी की दुख है की तकलीफ है। सो जिथे अपने आगू दृढ़ता नाल इह लड़ रहे ने, यह अपना इतिहास फिर उहदे नाल ही जुड़ जाता। 39 साल चाचा जीत सिंह नूं मतलब 40 साल वांगू ही हो जाते ने, जलावतनी भुगतनी पई सीगी उह 40 कानूनों के विरुद्ध लड़दिआं, भावें कि वह कानून वापस लैने पै गए सीगे, कानून वापस हो गए पर सरकार नूं और आगू ने जिहड़े वह रड़कदे हुंदे ने, उन्हां दे सजावां ते जलावतनी उन्हां नूं भेजिआ गिआ जिहड़ा बाहरले मुल्कां दे विच 39 सालां बाद जदों देश दी 1946 दे विच देश दा इह हो गिआ सीगा ढांचा, इहनूं आजादी नहीं सीगी जिहड़ी आजादी सच्ची मुच्ची कोई आजादी नहीं सी, इक समझौता ही सीगा, उह समझौते दे तहत उह देश अंग्रेज़ां ने अपने इत्थे भूरे अंग्रेज़ां नूं फड़ा गए सीगे। सो इहनां दे नाल जदों पता लग गिआ भी हुण नहरू ने प्रधानमंत्री बनना 46 दे विच ही, 47 च देश नूं आजादी मिलती है तो 46 दे विच ही एक मतलब इन्हां ने चुन लिया सीगा, पाकिस्तान वालों चाहे वह जनाह सीगा जां कुछ होवे जां आपां उन्हां दा छड्डो, पर इधरों चाचा जिहड़े नूं चाचा नहरू कहा जाता सीगा, नहरू नूं इह पक्का ही हो गया सी विराज भाग इहनूं संभाल देना। सो नहरू ने गलबात करके फिर उन्हूं चाचा अजीत सिंह नूं इत्थे बुलाया सी 1946 दे विच, जिहड़े कि उदों बहुत बुरी तरह तपदिक बीमारी नाल सीगे, वह ज़्यादा गर्मी नहीं सी झल सकते, दिल्ली दे विच उन्हां नूं रख्या गया, थोड़े चिर बाद ही उन्हां नूं डलहौजी भेज दिता गया ठंडे इलाके दे विच क्योंकि बीमारी इहो जी सी उन्हां नूं। सो अखीर तक उन्हां ने थोड़े ही चिर फिर जिदण 1947 नूं देश आजाद हुंदा 15 अगस्त नूं तो उदण वह आजादी का जिहड़ा रेडियो तो संदेश प्रधानमंत्री का सुनन तो बाद ते जय हिंद का नारा मार के वह अपने तो विदा हो गया सी चाचा अजीत सिंह। सो ਇਹ ਗੱਲ ਹੈ ਵੀ ਜਿਹੜੇ ਆਗੂਆਂ ਨੂੰ ਇਹਨਾਂ ਦੀਆਂ ਕੁਰਬਾਨੀਆਂ ਅਤੇ ਇਹਨਾਂ ਦੇ ਮੁੱਲ ਦੇਣੇ ਪੈਂਦੇ ਨੇ ਆਪਣੇ ਜਲਾਵਤਨੀਆਂ ਭੁਗਤ ਕੇ ਅਤੇ ਆਪਣੇ ਨਾਲ ਕਸ਼ਟ। ਹੁਣ ਆ ਜਾਂਦੀ ਅੱਜ ਦੇ ਆਗੂਆਂ ਦੀ ਗੱਲ, ਜਿੰਨਾ ਸੰਘਰਸ਼ ਨੂੰ ਖੜ੍ਹਾ ਕਰਨ ਵਾਸਤੇ ਸੰਘਰਸ਼ ਨੂੰ ਲਿਆ ਕੇ ਇੱਕ ਮੁੱਠ ਕਰਨ ਕੇ ਤੀਲਾ ਤੀਲਾ ਇਕੱਠਾ ਕਰਨ ਦੇ ਵਿੱਚ ਇਹਨਾਂ ਆਗੂਆਂ ਦੀ ਭੂਮਿਕਾ ਹੈ, ਉੱਥੇ ਪਤਾ ਹੀ ਹੈ ਤੁਹਾਨੂੰ ਵੀ ਇਹ ਸੰਘਰਸ਼ ਦੇ ਵਿੱਚ ਜਦੋਂ ਇਹ ਸਰਕਾਰ ਨੇ ਚਾਲਾਂ ਸੁੱਟਣੀਆਂ ਮਤਲਬ ਸ਼ੁਰੂ ਕਰਿਆ ਜਿਵੇਂ ਪੈਟਰੋਲ ਦਾ ਇੱਕ ਭਰਿਆ ਹੋਇਆ ਕੜਾਹਾ ਹੋਵੇ ਅਤੇ ਉਹਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਵੀ ਕੋਈ ਤੀਲੀ ਇਹ ਸੁੱਟ ਦੇਣਾ, ਇਹ ਤੀਲੀਆਂ ਸੁੱਟਣ ਦੀ ਪੂਰਾ ਜ਼ੋਰ ਲੱਗਿਆ ਹੋਇਆ ਸੀ, ਪਰ ਇਹ ਧੰਨ ਨੇ ਇਹ ਆਗੂ ਜਿਨ੍ਹਾਂ ਨੇ ਇਹਨੂੰ ਬਚਾ ਕੇ ਰੱਖਿਆ ਉਹ ਪੈਟਰੋਲ ਵਾਲੇ ਮਤਲਬ ਕੜਾਹੇ ਨੂੰ। ਸੋ ਇਹਨਾਂ ਦਾ ਫਿਰ ਇਹਨਾਂ ਨੂੰ ਕੀ ਰਿਜ਼ਲਟ ਮਿਲਿਆ, ਇਹਨਾਂ 'ਤੇ ਭਰਾਵੋ ਛੋਟੇ ਮੋਟੇ ਕੇਸ ਨਹੀਂ ਹੈ, ਇਹਨਾਂ 37 ਆਗੂਆਂ 'ਤੇ UAPA ਵਰਗੇ ਵੱਡੇ ਕੇਸ ਨੇ। ਉਹਨਾਂ ਦਾ ਮਤਲਬ ਇਹ ਹੁੰਦਾ ਹੈ ਕਿ 57 ਜਾਂ ਕੋਈ 26 ਜਾਂ ਕੋਈ ਮਤਲਬ ਹੋਰ ਛੋਟੇ ਮੋਟੇ ਨਹੀਂ ਹੈ ਵੀ ਜਿਨ੍ਹਾਂ 'ਚ ਮਤਲਬ ਥੋੜ੍ਹੇ ਜਿਹੇ ਸਾਲਾਂ ਬਾਅਦ ਬਾਹਰ ਆ ਜਾਣਗੇ।
मैं गरंटी नाल कह सकता है भी जे आप इन्हां आगुआं दा देखिए सतनाम सिंह जनाला 75 साल की उम्र है, डॉक्टर दर्शनपाल जी 70 साल तो उपर ने, जोगिंदर अग्राहां जी देख लो भी उन्होंने भी 72-73 साल उम्र है। जदों इन्हां दे केस ने जिहड़े उम्र कैदां तक तो इन्हां दा अंदरों जेल चो जिउंदा मुड़ना असंभव लगता है, इन्नी किन्नी कु उम्र होंदी है। सो इहे जे केस पाए ने, क्यों पाए ने, किसी भी स्टेज पर इन्होंने कहा सीगा भी असी दिल्ली जाके दिल्ली के उपर असी आ कर देना जे कर देना, यह तो रोज दिया इन्हां दिया तकरीरां सुन लो, इन्होंने तो कहा सीगा भी इनू शांतमई रखो शांतमई रखो। इत्थे राजेवाल जी रोज़ इत्थे अपीलां करके गए ने, कल भी स्पैशल आके फटाफट मीटिंग करी 10:30 बजे तो 10:30 बजे तो 2 बजे तो 4:30 बजे उरे आके लोगों को फिर फटाफट वीडियो वायरल कर करके उन्होंने दस्या, सारे चैनलों दस्या भी इनू शांतमई रखना है तो लड़ना है, सिर्फ शांतमई रखण दा जिथे तुसी बैठे हो जिहड़े आपां इत्थे बैठे भी रहीए तो शांत रहीए, तां भी सरकार दे उपर बहुत वड्डा दबाव है, तां भी उह तुहानू बुलाउंदी है गलबात वास्ते। सो जे जिहड़े लोग कह दिंदे ने भी छेती करो इत्थे किन्ना क चिर बिठाओगे, ना जिहड़े लड़न वाले लोग ने वो लोहां जिहड़ियां वगड़ियां ने लोहां नू डीक रहे ने भी ऐर की साडियां जमीनां दा मसला है, असीं तत्तियां लोहां नू इत्थे अपने पिंडियां ते देखांगे जमीना किवें एक इतिहास लिखा जाना, जमीना नू बचाउण वास्ते असीं तत्तियां लोहां दी लोहां दी मतलब डीक कर रहे हैं, कोई गर्मियां दी परवाह नहीं है। अज भी तत्ती सड़क ते बैठे ने ते इनू हौली हौली एक ट्रेलर वांगू लै रहे हैं भी आपां कोई हले एसी नहीं चलाउणे, कोई हले कूलर पए ने साडे नहीं चलदे। सो आपां इनू लड़ना है, लड़ के पूरा ये दसना है भी साडियां जमीना दा मसला है, साडे बजुर्गां दी साडी विरासत दे विच जिहड़ी साडी जमीना सानू मिलियां ने वो असीं एवें नहीं देण देणियां। सो जिथे एक चाह है ये लड़न दी हिम्मत है, पिंडां दे विच जिहड़े मते पै गए ने वो मतियां दी बदौलत जिहे संघर्ष बिल्कुल चढ़दी कला च है, तो 8 मार्च नूं इहदा रूप जिहड़ा नारी दिवस जिहड़ा वूमेन डे उहदे विच तुहानूं विखेगा, वेखांगे आपां उस दिन सारे ही दिन भी इन्हां भैणां दे हवाली स्टेज होएगी, उही मतलब जो कोई इत्थे फैसला आया इहदे बारे कोई मार्च भी कढ़िया जा सकदा है या कोई भी फैसला होएगा वो मोर्चे दे विच एक बहुत अहम मील पत्थर होएगा जिथे आपां साडे नौजवान लड़न वाले ने जाना देण वाले ने। असीं बुढ़ापा इत्थे साडा कई देखिया भी आपां इत्थे कुरबानी दे गए विचारे, इत्थे हार्ट अटैकां नाल मरे ने, ठंड नाल उहनां नूं अटैक होए ने। सो उत्थे साडियां भैणां दा जिहड़ा मैं आपां 18 जनवरी उदण सिर्फ उदण भी स्टेज उन्हां कोले सी, पर जिहड़ा साल दे विच इहनां दा अपना वूमेन डे आउंदा है जिहड़ा पूरे साल दे विच उह 8 मार्च नूं आपां इत्थे मनाउणा है। सो इहदे नाल ही भुल्लां चुक्कां दी माफ़ी जे कोई वध घट शब्द बोलिया गया हो। वाहिगुरू जी का खालसा वाहिगुरू जी की फतेह। बहुत बहुत धन्यवाद है जी सरदार अवतार सिंह जी कौर जी वाला जिन्होंने अपने विचार संगता प्रति रखे ने। तो हुण मैं बेनती